ਜਿਹੜੀ ਹੁਣ ਬੀਜੇਪੀ ਵੱਲੋਂ MP ਵੀ ਬਣੀ ਆ ਹਿਮਾਚਲ ਪ੍ਰਦੇਸ਼ 'ਚੋਂ, ਉਹ ਬੀਬੀ ਜਦੋਂ ਵੀ ਮਤਲਬ ਕੋਈ ਬਿਆਨ ਦਿੰਦੀ ਆ ਜਾਂ ਗੱਲ ਕਰਦੀ ਆ ਉਹਦਾ ਹਮੇਸ਼ਾ ਸਿੱਖ ਵਿਰੋਧੀ ਹੁੰਦਾ ਹੈ। ਜਦੋਂ ਵੀ ਉਹ ਗੱਲ ਕਰਦੀ ਸਿੱਖਾਂ ਦੇ ਵਿਰੋਧ 'ਚ ਕਰਦੀ ਆ, ਇੰਨੀ ਉਹਨੂੰ ਜੈਲ ਸੀ ਆ ਸਿੱਖਾਂ ਨਾਲ ਜਿਹਦਾ ਕੋਈ ਅੰਤ ਥੇ ਨਹੀਂ ਗਾ। ਹੁਣ ਤਾਂ ਉਹਨੇ ਹੱਦ ਹੀ ਪਾਰ ਕਰ ਦਿੱਤੀ ਆ, ਉਹਨੇ ਸ਼ਾਇਦ ਹਲੇ ਬਹੁਤ ਸਿੰਘਾਂ ਨੂੰ ਪਤਾ ਨਹੀਂ ਗਾ ਅਤੇ ਵੀ ਉਹਨੇ ਹੁਣ ਕੀਤਾ ਕੀ ਆ। ਉਹ ਸੰਗਤ ਜੀ ਤੁਹਾਨੂੰ ਦੱਸਦੇ ਹਾਂ ਕਿ ਉਹਨੇ ਇੱਕ ਫਿਲਮ ਬਣਾਈ ਆ ਜਿਹਦਾ ਨਾਂ ਹੈ ਐਮਰਜੈਂਸੀ। ਹਾਂਜੀ, ਹੈਪੀ ਸਿੰਘ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਹੈਪੀ, ਵੀਡੀਓ ਨੂੰ ਨਾ ਗਰੁੱਪਾਂ ਵਿੱਚ ਸ਼ੇਅਰ ਕਰ ਵੀਰ, ਅਤੇ ਵੱਧ ਤੋਂ ਵੱਧ ਵੀਰ ਆਪਣੇ ਨਾਲ ਜੁੜਨ ਤਾਂ ਜੋ ਆਪਾਂ ਗੱਲ ਨੂੰ ਸਾਰੇ ਵੀਰਾਂ ਨਾਲ ਸਾਂਝੀ ਕਰ ਸਕੀਏ। ਇੰਨਾ ਕੰਮ ਕਰ, ਤੁਹਾਡੇ ਮੇਰੇ ਹਿਸਾਬ ਨਾਲ ਟਾਈਮ ਪਤਾ ਨਹੀਂ ਕਿੰਨਾ ਹੋਊਗਾ ਹਲੇ, ਅਤੇ ਫਿਰ ਵੀ ਤੂੰ ਆਪਣੇ ਜਿਹੜੇ ਪੰਜਾਬ ਦੇ ਮੁੰਡੇ ਹੈਗੇ ਆ ਉਹ ਤਾਂ ਨਾਲ ਜੁੜਨਗੇ। ਅੱਛਾ, ਫਿਲਮ ਬਣਾਈ ਆ ਉਹਨੇ ਐਮਰਜੈਂਸੀ, ਉਹਦੇ ਵਿੱਚ ਉਸ ਬੀਬੀ ਨੇ ਅਤੇ ਜਿਹੜੇ ਉਹਦੇ ਪ੍ਰੋਡਿਊਸਰ ਡਾਇਰੈਕਟਰ ਆ ਜਿੰਨੇ ਵੀ ਆ ਉਹਨਾਂ ਨੇ ਸਿੱਖਾਂ ਦਾ ਜਿਹੜਾ ਕਿਰਦਾਰ ਆ ਨਾ ਇੰਨਾ ਕੁ ਮਾੜਾ ਵਿਖਾਇਆ ਏ, ਤੁਸੀਂ ਸੋਚ ਵੀ ਨਹੀਂ ਸਕਦੇ ਗੇ। ਅਤੇ ਅਸੀਂ ਇੱਥੇ ਸਿੱਖ ਲੜੀ ਪਤਾ ਕਿਹਦੇ ਪਿੱਛੇ ਜਾਂਦੇ ਹਾਂ, ਜਾਤਾਂ ਪਾਤਾਂ ਪਿੱਛੇ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ। ਉਹ ਮਜ਼੍ਹਬੀ ਆ ਜੀ, ਉਹ ਰਵਿਦਾਸੀ ਆ ਜੀ, ਉਹ ਫਲਾਨਾ ਜੀ, ਅਸੀਂ ਇਸ ਗੱਲਾਂ ਪਿੱਛੇ ਲੜੀ ਜਾਂਦੇ ਹਾਂ, ਇੱਥੇ ਅਸੀਂ ਉਲਝੇ ਵੀ ਹਾਂ। ਅਤੇ ਅਗਲੇ ਸਾਡਾ ਕਿਰਦਾਰ ਜਿਹੜਾ ਦਾੜੇ ਵਾਲਿਆਂ ਦਾ, ਦਮਾਲੇ ਵਾਲਿਆਂ ਦਾ, ਚੋਲੇ ਵਾਲਿਆਂ ਦਾ ਕਿਰਦਾਰ ਸੀ ਨਾ, ਅਤੇ ਅਗਲਿਆਂ ਨੇ ਉਸ ਕਿਰਦਾਰ ਨੂੰ ਨੀਵਾਂ ਵਿਖਾਉਣ ਵਾਸਤੇ ਮਤਲਬ ਪੂਰੀ ਆਪਦੀ ਸਾਜ਼ਿਸ਼ ਜਿਹੜੀ ਹੈ ਨਾ ਤਹਿ ਤੱਕ ਬਿਠਾ ਲਈ ਅਗਲਿਆਂ ਨੇ। ਅਤੇ ਪਰ ਅਸੀਂ ਤਾਂ ਪੰਜਾਬੀ ਕੀ ਰਹਿ ਗਏ ਹਾਂ, ਇੱਕ ਫੁਕਰੇ ਫਿਲਮਾਂ 'ਚ ਵੜਕਾ ਮਾਰਨ ਵਾਲੇ, ਗਾਣਿਆਂ 'ਚ ਥਾਪੀਆਂ ਮਾਰਨ ਵਾਲੇ ਅਸੀਂ ਉਹ ਬਣ ਕੇ ਰਹਿ ਗਏ ਹਾਂ, ਜਾਂ ਸਾਡੇ ਕਿਰਦਾਰ ਕੀ ਰਹਿ ਗਏ ਆ, ਸਾਡੀਆਂ ਬੀਬੀਆਂ ਸਾਡੀਆਂ ਬੱਚੀਆਂ ਰੀਲਾਂ ਬਣਾਉਣ 'ਤੇ ਰਹਿ ਗਈਆਂ, ਗੰਦੀਆਂ ਰੀਲਾਂ ਬਣਾਉਣੀਆਂ ਅਤੇ ਆਪਦਾ ਜਿਸਮ ਵਿਖਾਉਣਾ, ਅਤੇ ਸਾਡੇ ਜਿਹੜੇ ਆ ਸਰਦਾਰ ਦਮਾਲੇ ਬੰਨ ਕੇ ਡਾਂਸ ਕਰਦੇ ਆ। ਇਹ ਭਾਈ ਸਾਡਾ ਸਿੱਖਾਂ ਦਾ ਕਲਚਰ ਨਹੀਂ ਸੀ, ਇਹ ਸਾਡਾ ਸਿੱਖਾਂ ਦਾ ਇਤਿਹਾਸ ਨਹੀਂ ਸੀ, ਇਹ ਸਿੱਖ ਨਚਾਰ ਨਹੀਂ ਗਏ, ਸਿੱਖ ਯੋਧਿਆਂ ਦੀ ਕੌਮ ਸੀਗੀ। ਅਸੀਂ ਇਹ ਗੱਲਾਂ ਤਾਂ ਦੱਸ ਰਹੇ ਹਾਂ ਤੁਹਾਨੂੰ ਕਿ ਸਾਡੀ ਜਿਹੜੀ ਹੁਣ BJP ਵੱਲੋਂ MP ਵੀ ਬਣੀ ਆ ਹਿਮਾਚਲ ਪ੍ਰਦੇਸ਼ 'ਚੋਂ, ਉਹ ਬੀਬੀ ਜਦੋਂ ਵੀ ਮਤਲਬ ਕੋਈ ਬਿਆਨ ਦਿੰਦੀ ਆ ਜਾਂ ਗੱਲ ਕਰਦੀ ਆ ਉਹਦਾ ਹਮੇਸ਼ਾ ਸਿੱਖ ਵਿਰੋਧੀ ਹੁੰਦਾ ਹੈ। ਜਦੋਂ ਵੀ ਉਹ ਗੱਲ ਕਰਦੀ ਸਿੱਖਾਂ ਦੇ ਵਿਰੋਧ 'ਚ ਕਰਦੀ ਆ, ਇੰਨੀ ਉਹਨੂੰ ਜੈਲ ਸੀ ਆ ਸਿੱਖਾਂ ਨਾਲ ਜਿਹਦਾ ਕੋਈ ਅੰਤ ਥੇ ਨਹੀਂ ਗਾ। ਹੁਣ ਤਾਂ ਉਹਨੇ ਹੱਦ ਹੀ ਪਾਰ ਕਰ ਦਿੱਤੀ ਆ, ਉਹਨੇ ਸ਼ਾਇਦ ਹਲੇ ਬਹੁਤ ਸਿੰਘਾਂ ਨੂੰ ਪਤਾ ਨਹੀਂ ਗਾ ਅਤੇ ਵੀ ਉਹਨੇ ਹੁਣ ਕੀਤਾ ਕੀ ਆ। ਉਹ ਸੰਗਤ ਜੀ ਤੁਹਾਨੂੰ ਦੱਸਦੇ ਹਾਂ ਕਿ ਉਹਨੇ ਇੱਕ ਫਿਲਮ ਬਣਾਈ ਆ ਜਿਹਦਾ ਨਾਂ ਹੈ ਐਮਰਜੈਂਸੀ। ਹਾਂਜੀ, ਹੈਪੀ ਸਿੰਘ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਹੈਪੀ, ਵੀਡੀਓ ਨੂੰ ਨਾ ਗਰੁੱਪਾਂ ਵਿੱਚ ਸ਼ੇਅਰ ਕਰ ਵੀਰ, ਅਤੇ ਵੱਧ ਤੋਂ ਵੱਧ ਵੀਰ ਆਪਣੇ ਨਾਲ ਜੁੜਨ ਤਾਂ ਜੋ ਆਪਾਂ ਗੱਲ ਨੂੰ ਸਾਰੇ ਵੀਰਾਂ ਨਾਲ ਸਾਂਝੀ ਕਰ ਸਕੀਏ।
ਇੰਨਾ ਕੰਮ ਕਰ। ਤੁਹਾਡੇ ਮੇਰੇ ਹਿਸਾਬ ਨਾਲ ਟਾਈਮ ਪਤਾ ਨਹੀਂ ਕਿੰਨਾ ਹੋਊਗਾ ਹਲੇ, ਅਤੇ ਫਿਰ ਵੀ ਤੂੰ ਆਪਣੇ ਜਿਹੜੇ ਪੰਜਾਬ ਦੇ ਮੁੰਡੇ ਹੈਗੇ ਆ ਉਹ ਤਾਂ ਨਾਲ ਜੁੜਨਗੇ। ਅੱਛਾ ਫਿਲਮ ਬਣਾਈ ਆ ਉਹਨੇ ਐਮਰਜੈਂਸੀ, ਉਹਦੇ ਵਿੱਚ ਉਸ ਬੀਬੀ ਨੇ ਅਤੇ ਜਿਹੜੇ ਉਹਦੇ ਪ੍ਰੋਡਿਊਸਰ ਡਾਇਰੈਕਟਰ ਆ ਜਿੰਨੇ ਵੀ ਆ ਉਹਨਾਂ ਨੇ ਸਿੱਖਾਂ ਦਾ ਜਿਹੜਾ ਕਿਰਦਾਰ ਆ ਨਾ ਇੰਨਾ ਕੁ ਮਾੜਾ ਵਿਖਾਇਆ ਏ ਤੁਸੀਂ ਸੋਚ ਵੀ ਨਹੀਂ ਸਕਦੇ ਜੀ। ਅਤੇ ਅਸੀਂ ਇੱਥੇ ਸਿੱਖ ਲੜੀ ਪਤਾ ਕਿਹਦੇ ਪਿੱਛੇ ਜਾਂਦੇ ਹਾਂ, ਜਾਤਾਂ ਪਾਤਾਂ ਪਿੱਛੇ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ। ਉਹ ਮਜ਼੍ਹਬੀ ਆ ਜੀ, ਉਹ ਰਵਿਦਾਸੀ ਆ ਜੀ, ਉਹ ਫਲਾਨਾ ਜੀ, ਅਸੀਂ ਇਸ ਗੱਲਾਂ ਪਿੱਛੇ ਲੜੀ ਜਾਂਦੇ ਹਾਂ, ਇੱਥੇ ਅਸੀਂ ਉਲਝੇ ਵੀ ਹਾਂ। ਅਤੇ ਅਗਲੇ ਸਾਡਾ ਕਿਰਦਾਰ ਜਿਹੜਾ ਦਾੜੇ ਵਾਲਿਆਂ ਦਾ, ਦਮਾਲੇ ਵਾਲਿਆਂ ਦਾ, ਚੋਲੇ ਵਾਲਿਆਂ ਦਾ ਕਿਰਦਾਰ ਸੀ ਨਾ, ਅਤੇ ਅਗਲਿਆਂ ਨੇ ਉਸ ਕਿਰਦਾਰ ਨੂੰ ਨੀਵਾਂ ਵਿਖਾਉਣ ਵਾਸਤੇ ਮਤਲਬ ਪੂਰੀ ਆਪਦੀ ਸਾਜਿਸ਼ ਜਿਹੜੀ ਹੈ ਨਾ ਤਹਿ ਤੱਕ ਬਿਠਾ ਲਈ ਅਗਲਿਆਂ ਨੇ। ਅਤੇ ਪਰ ਅਸੀਂ ਤਾਂ ਪੰਜਾਬੀ ਕੀ ਰਹਿ ਗਏ ਹਾਂ, ਇੱਕ ਫੁਕਰੇ ਫਿਲਮਾਂ 'ਚ ਵੜਕਾ ਮਾਰਨ ਵਾਲੇ, ਗਾਣਿਆਂ 'ਚ ਥਾਪੀਆਂ ਮਾਰਨ ਵਾਲੇ ਅਸੀਂ ਉਹ ਬਣ ਕੇ ਰਹਿ ਗਏ ਹਾਂ, ਜਾਂ ਸਾਡੇ ਕਿਰਦਾਰ ਕੀ ਰਹਿ ਗਏ ਆ, ਸਾਡੀਆਂ ਬੀਬੀਆਂ ਸਾਡੀਆਂ ਬੱਚੀਆਂ ਰੀਲਾਂ ਬਣਾਉਣ 'ਤੇ ਰਹਿ ਗਈਆਂ, ਗੰਦੀਆਂ ਰੀਲਾਂ ਬਣਾਉਣੀਆਂ ਅਤੇ ਆਪਦਾ ਜਿਸਮ ਵਿਖਾਉਣਾ, ਅਤੇ ਸਾਡੇ ਜਿਹੜੇ ਆ ਸਰਦਾਰ ਦਮਾਲੇ ਬੰਨ ਕੇ ਡਾਂਸ ਕਰਦੇ ਆ। ਇਹ ਭਾਈ ਸਾਡਾ ਸਿੱਖਾਂ ਦਾ ਕਲਚਰ ਨਹੀਂ ਸੀ, ਇਹ ਸਾਡਾ ਸਿੱਖਾਂ ਦਾ ਇਤਿਹਾਸ ਨਹੀਂ ਸੀ, ਇਹ ਸਿੱਖ ਨਚਾਰ ਨਹੀਂ ਗਏ, ਸਿੱਖ ਯੋਧਿਆਂ ਦੀ ਕੌਮ ਸੀਗੀ। ਅਸੀਂ ਇਹ ਗੱਲਾਂ ਤਾਂ ਦੱਸ ਰਹੇ ਹਾਂ ਤੁਹਾਨੂੰ ਕਿ ਸਾਡੀ ਜਿਹੜੀ ਹੁਣ BJP ਵੱਲੋਂ MP ਵੀ ਬਣੀ ਆ ਹਿਮਾਚਲ ਪ੍ਰਦੇਸ਼ 'ਚੋਂ, ਉਹ ਬੀਬੀ ਜਦੋਂ ਵੀ ਮਤਲਬ ਕੋਈ ਬਿਆਨ ਦਿੰਦੀ ਆ ਜਾਂ ਗੱਲ ਕਰਦੀ ਆ ਉਹਦਾ ਹਮੇਸ਼ਾ ਸਿੱਖ ਵਿਰੋਧੀ ਹੁੰਦਾ ਹੈ, ਜਦੋਂ ਵੀ ਉਹ ਗੱਲ ਕਰਦੀ ਸਿੱਖਾਂ ਦੇ ਵਿਰੋਧ 'ਚ ਕਰਦੀ ਆ, ਇੰਨੀ ਉਹਨੂੰ ਜੈਲਸੀ ਆ ਸਿੱਖਾਂ ਨਾਲ ਜਿਹਦਾ ਕੋਈ ਅੰਤ ਥੇ ਨਹੀਂ ਗਾ। ਹੁਣ ਤਾਂ ਉਹਨੇ ਹੱਦ ਹੀ ਪਾਰ ਕਰ ਦਿੱਤੀ ਆ, ਉਹਨੇ ਸ਼ਾਇਦ ਹਲੇ ਬਹੁਤ ਸਿੰਘਾਂ ਨੂੰ ਪਤਾ ਨਹੀਂ ਗਾ ਅਤੇ ਵੀ ਉਹਨੇ ਹੁਣ ਕੀਤਾ ਕੀ ਆ। ਉਹ ਸੰਗਤ ਜੀ ਤੁਹਾਨੂੰ ਦੱਸਦੇ ਹਾਂ ਕਿ ਉਹਨੇ ਇੱਕ ਫਿਲਮ ਬਣਾਈ ਆ ਜਿਹਦਾ ਨਾਂ ਹੈ ਐਮਰਜੈਂਸੀ। ਹਾਂਜੀ ਹੈਪੀ ਸਿੰਘ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹੈਪੀ ਵੀਡੀਓ ਨੂੰ ਨਾ ਗੁਰਪਾਵਾਂ 'ਚ ਸ਼ੇਅਰ ਕਰ ਵੀਰ, ਅਤੇ ਵੱਧ ਤੋਂ ਵੱਧ ਵੀਰ ਆਪਣੇ ਨਾਲ ਜੁੜਨ ਤਾਂ ਜੋ ਆਪਾਂ ਗੱਲ ਨੂੰ ਸਾਰੇ ਵੀਰਾਂ ਨਾਲ ਸਾਂਝੀ ਕਰ ਸਕੀਏ। ਇੰਨਾ ਕੰਮ ਕਰ, ਤੁਹਾਡੇ ਮੇਰੇ ਹਿਸਾਬ ਨਾਲ ਟਾਈਮ ਪਤਾ ਨਹੀਂ ਕਿੰਨਾ ਹੋਊਗਾ ਹਲੇ, ਅਤੇ ਫਿਰ ਵੀ ਤੂੰ ਆਪਣੇ ਜਿਹੜੇ ਪੰਜਾਬ ਦੇ ਮੁੰਡੇ ਹੈਗੇ ਆ ਉਹ ਤਾਂ ਨਾਲ ਜੁੜਨਗੇ। ਅੱਛਾ ਫਿਲਮ ਬਣਾਈ ਆ ਉਹਨੇ ਐਮਰਜੈਂਸੀ, ਉਹਦੇ ਵਿੱਚ ਉਸ ਬੀਬੀ ਨੇ ਅਤੇ ਜਿਹੜੇ ਉਹਦੇ ਪ੍ਰੋਡਿਊਸਰ ਡਾਇਰੈਕਟਰ ਆ ਜਿੰਨੇ ਵੀ ਆ ਉਹਨਾਂ ਨੇ ਸਿੱਖਾਂ ਦਾ ਜਿਹੜਾ ਕਿਰਦਾਰ ਆ ਨਾ ਇੰਨਾ ਕੁ ਮਾੜਾ ਵਿਖਾਇਆ ਏ ਤੁਸੀਂ ਸੋਚ ਵੀ ਨਹੀਂ ਸਕਦੇ ਜੀ। ਅਤੇ ਅਸੀਂ ਇੱਥੇ ਸਿੱਖ ਲੜੀ ਪਤਾ ਕਿਹਦੇ ਪਿੱਛੇ ਜਾਂਦੇ ਹਾਂ, ਜਾਤਾਂ ਪਾਤਾਂ ਪਿੱਛੇ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ। ਉਹ ਮਜ਼੍ਹਬੀ ਆ ਜੀ, ਉਹ ਰਵਿਦਾਸੀ ਆ ਜੀ, ਉਹ ਫਲਾਨਾ ਜੀ, ਅਸੀਂ ਇਸ ਗੱਲਾਂ ਪਿੱਛੇ ਲੜੀ ਜਾਂਦੇ ਹਾਂ, ਇੱਥੇ ਅਸੀਂ ਉਲਝੇ ਵੀ ਹਾਂ। ਅਤੇ ਅਗਲੇ ਸਾਡਾ ਕਿਰਦਾਰ ਜਿਹੜਾ ਦਾੜੇ ਵਾਲਿਆਂ ਦਾ, ਦਮਾਲੇ ਵਾਲਿਆਂ ਦਾ, ਚੋਲੇ ਵਾਲਿਆਂ ਦਾ ਕਿਰਦਾਰ ਸੀ ਨਾ, ਅਤੇ ਅਗਲਿਆਂ ਨੇ ਉਸ ਕਿਰਦਾਰ ਨੂੰ ਨੀਵਾਂ ਵਿਖਾਉਣ ਵਾਸਤੇ
ਮਤਲਬ ਪੂਰੀ ਆਪਦੀ ਸਾਜਿਸ਼ ਜਿਹੜੀ ਹੈ ਨਾ ਇਹ ਤਹਿ ਤੱਕ ਬਿਠਾ ਲਈ ਅਗਲੇ ਨੇ। ਅਤੇ ਪਰ ਅਸੀਂ ਅਸੀਂ ਤਾਂ ਪੰਜਾਬੀ ਕੀ ਰਹਿ ਗਏ ਹਾਂ, ਇੱਕ ਫੁਕਰੇ ਫਿਲਮਾਂ 'ਚ ਵੜਕਾ ਮਾਰਨ ਵਾਲੇ, ਗਾਣਿਆਂ 'ਚ ਥਾਪੀਆਂ ਮਾਰਨ ਵਾਲੇ ਅਸੀਂ ਉਹ ਬਣ ਕੇ ਰਹਿ ਗਏ ਹਾਂ। ਜਾਂ ਸਾਡੇ ਕਿਰਦਾਰ ਕੀ ਰਹਿ ਗਏ ਆ, ਸਾਡੀਆਂ ਬੀਬੀਆਂ ਸਾਡੀਆਂ ਬੱਚੀਆਂ ਰੀਲਾਂ ਬਣਾਉਣ 'ਤੇ ਰਹਿ ਗਈਆਂ, ਗੰਦੀਆਂ ਰੀਲਾਂ ਬਣਾਉਣੀਆਂ ਅਤੇ ਆਪਦਾ ਜਿਸਮ ਵਿਖਾਉਣਾ। ਅਤੇ ਸਾਡੇ ਜਿਹੜੇ ਆ ਸਰਦਾਰ ਦਮਾਲੇ ਬੰਨ ਕੇ ਡਾਂਸ ਕਰਦੇ ਆ, ਇਹ ਭਾਈ ਸਾਡਾ ਸਿੱਖਾਂ ਦਾ ਕਲਚਰ ਨਹੀਂ ਸੀ, ਇਹ ਸਾਡਾ ਸਿੱਖਾਂ ਦਾ ਇਤਿਹਾਸ ਨਹੀਂ ਸੀ, ਇਹ ਸਿੱਖ ਨਚਾਰ ਨਹੀਂ ਗਏ, ਸਿੱਖ ਯੋਧਿਆਂ ਦੀ ਕੌਮ ਸੀਗੀ। ਅਸੀਂ ਇਹ ਗੱਲਾਂ ਤਾਂ ਦੱਸ ਰਹੇ ਹਾਂ ਤੁਹਾਨੂੰ ਕਿ ਸਾਡੀ